ਕਿੱਥੇ ਧੀਆਂ ਕਿੱਥੇ ਲੈ ਕੇ ਵਿਚਾਰੀ ਜਾਵੇ ਆਪਣੀਆਂ ਜਵਾਨ ਧੀਆਂ ਨੇ ਕਿੱਥੇ ਲੈ ਕੇ ਜਾਣਾ ਉਹਨਾਂ ਨੇ ਸਾਡੇ ਘਰ ਲੱਭਾ ਸੀ ਉਹਨੂੰ ਮਾਰਾ ਜਵਾਨ ਧੀਆਂ ਨੇ ਅੰਨੀ ਮਾਂ ਕਿੱਥੇ ਲੈ ਕੇ ਜਾਵੇ ਤੈਨੂੰ ਤਾਂ ਦਿਖਦਾ ਨਾ ਉਹ ਅੰਨੀਆਂ ਤੇ ਤੈਨੂੰ ਤਾਂ ਦਿਖਦਾ ਸੁਣਦਾ ਨਾ ਬੋਲਾ ਤਾਂ ਨਹੀਂ ਤੂੰ ਮਾਂ ਤਾਂ ਐਵੇਂ ਮਾਰ ਦਿਓ ਉਹਨਾਂ ਨੂੰ ਵੀ ਅਸੀਂ ਨਹੀਂ ਦੇਣਾ ਹੈਗਾ ਮੈਂ ਕਹਿ ਆਇਆ ਉਹਨਾਂ ਨੂੰ ਮੈਂ ਕਿਹਾ ਆ ਜਾਓ ਤੁਸੀਂ ਕਹਿ ਵੀ ਆਇਆ ਹਾਂ ਉਹ ਮਾਤਾ ਉਹਨੂੰ ਅੱਖਾਂ ਤੋਂ ਹੈ ਨਹੀਂ ਦੀਂਦਾ ਵਿਚਾਰੀ ਨੂੰ ਅੱਖਾਂ ਤੋਂ ਨਹੀਂ ਦੀਂਦਾ ਬਿਲਕੁਲ ਨਹੀਂ ਦੀਂਦਾ ਅੱਖਾਂ ਤੋਂ ਤੈਨੂੰ ਤਾਂ ਦਿਖਦਾ ਨਾ ਅਸੀਂ ਕਹਿ ਰਹੇ ਹਾਂ ਕਿ ਨਹੀਂ ਦੇਣਾ ਹੈਗਾ ਅੱਖਾਂ ਤੋਂ ਨਹੀਂ ਦੀਂਦਾ ਮੰਮੀ ਉਹਨੂੰ ਬਿਲਕੁਲ ਨਹੀਂ ਦੀਂਦਾ ਅੱਖਾਂ ਤੋਂ ਤੂੰ ਆਪਣੀਆਂ ਬਣਾ ਲੈਣੀਆਂ ਨੇ ਹਾਂਜੀ ਕੀ ਹਾਲ ਚਾਲ ਆ ਮਿੱਤਰੋ ਵੈਲਕਮ ਬੈਕ ਸਵਾਗਤ ਆ ਨਵੀਂ ਵੀਡੀਓ ਦੇ ਵਿੱਚ ਤਾਂ ਦੋਸਤੋ ਅੱਜ ਕਰਨ ਲੱਗਿਆ ਮੈਂ ਘਰਦਿਆਂ ਦੇ ਉੱਤੇ ਪ੍ਰੈਂਕ ਉੱਪਰਲਾ ਪੋਰਸ਼ਨ ਨਾ ਆਪਣਾ ਫ੍ਰੀ ਪਿਆ ਸੀਗਾ ਮਾਤਾ ਕਾਫੀ ਦਿਨਾਂ ਤੋਂ ਕਹਿ ਰਹੇ ਕਹਿੰਦੇ ਉੱਪਰਲਾ ਪੋਰਸ਼ਨ ਫ੍ਰੀ ਪਿਆ ਵਾ ਚਲੋ ਕਿਰਾਏ 'ਤੇ ਚੜ੍ਹਾ ਦਿੰਦੇ ਹਾਂ ਅਤੇ ਅੱਜ ਮੈਂ ਕਿਰਾਏ 'ਤੇ ਚੜ੍ਹਾ ਤਾ ਵਾ ਅਤੇ ਇਹਨਾਂ ਨੂੰ ਦੱਸਦੇ ਹਾਂ ਠੀਕ ਆ ਤੁਸੀਂ ਵੀਡੀਓ ਐਂਡ ਤੱਕ ਵੇਖਿਓ ਫੁੱਲ ਨਜ਼ਾਰਾ ਵਾ ਵੀਡੀਓ 'ਚ ਕੀ ਕਰੀ ਜਾਂਦੇ ਹੋ ਸੰਤਰੇ ਖਾ ਰਹੇ ਹਾਂ ਸਾਰੀ ਦਿਹਾੜੀ ਉਹਦਾ ਧਿਆਨ ਖਾਣ 'ਚ ਹੀ ਰਹਿੰਦਾ ਵਾ ਇੱਕ ਕਿੰਨੀ ਟਰੇ ਭਰੀ ਆ ਅਸੀਂ ਖਾ ਖਾ ਕੇ ਉੱਪਰ ਆਪਣਾ ਸਮਾਨ ਤਾਂ ਨਹੀਂ ਪਿਆ ਕੋਈ ਮੈਂ ਆ ਪਿਆ ਹੈ ਸਮਾਨ ਤੇ ਜਿਹੜਾ ਸਮਾਨ ਪਿਆ ਨਾ ਉਹ ਥੱਲੇ ਲਵਾ ਲਓ ਕਿਉਂ ਉੱਪਰ ਵਾਲਾ ਪੋਸ਼ਨ ਕਿਰਾਏ ਤੇ ਚੜਾਤਾ ਹੀ ਮੈਂ ਕਿਹਨੂੰ ਦੇਤਾ ਉਹ ਇੱਕ ਜਨਾਨੀ ਹੈਗੀ ਆ ਵਿਚਾਰੀ ਅੱਛਾ ਅੱਖਾਂ ਤੋਂ ਨਹੀਂ ਦੀਂਦਾ ਉਹਨੂੰ ਕੱਲੀ ਨਾ ਲੈਣਾ ਨਹੀਂ ਬੱਚੇ ਹੈਗੇ ਉਹਦੇ ਬੰਦਾ ਹੈ ਨਹੀਂ ਸਿਰ ਤੇ ਅੱਛਾ ਬੰਦੇ ਨੂੰ ਕੀ ਹੋਇਆ ਬੰਦਾ ਉਹਦਾ ਜੇਲ ਜਾਂ ਚੋਰੀ ਕਰਦਾ ਫੜਿਆ ਗਿਆ ਇਹ ਰਿਸ਼ਕਾ ਅੱਛਾ ਹਾਂ ਤੇ ਅਸੀਂ ਨਹੀਂ ਦੇਣਾ ਚੋਰਾ ਚਾਰਾਂ ਨੂੰ ਆਪਣੇ ਟੱਬਰ ਲਈ ਕਿਹੜਾ ਨਹੀਂ ਕਰਦਾ ਹੈ ਪੰਜ ਧੀਆਂ ਨੇ ਵਿਚਾਰੀ ਦੀਆਂ ਤਿੰਨ ਮੁੰਡੇ ਨੇ ਹੈ ਜਵਾਨ ਧੀਆਂ ਨੇ ਆਪਣੇ ਟੱਬਰ ਲਈ ਕਿਹੜਾ ਨਹੀਂ ਕਰਦਾ ਸਾਰੀ ਦੁਨੀਆ ਕਰਦੀ ਆ ਆਪਣੇ ਜਦੋਂ ਪੇਟ 'ਚ ਅੱਗ ਲੱਗੀ ਹੋਵੇ ਨਾ ਭੁੱਖ ਹੋਵੇ ਤੇ ਗਰੀਬ ਬੰਦਾ ਬਹੁਤ ਕਰੂਗਾ ਚੋਰੀ ਫਿਰ ਯਾਰ ਉਹ ਆਪ ਥੋੜਾ ਚੋਰ ਆ ਤਾਂ ਬੰਦੇ ਨੇ ਕੀਤੀ ਆ ਇੰਨੀ ਵੱਡੀ ਫੈਮਿਲੀ ਪੁੱਤਰ ਪੰਜ ਕੁੜੀਆਂ ਤੇ ਤਿੰਨ ਮੁੰਡੇ ਤੇ ਫਿਰ ਕੀ ਹੋਇਆ ਹੈ 9 ਮੈਂਬਰ ਉਹ ਮਾਤਾ ਰੌਣਕ ਲੱਗੀ ਰਹਿਣੀ ਹੈ ਘਰੇ ਤੁਸੀਂ ਆਪੀ ਤਾਂ ਕਹਿੰਦੇ ਐਡਾ ਵੱਡਾ ਘਰ 4G ਆਪਾਂ ਐਡਾ ਵੱਡੇ ਘਰ 'ਚ ਐਡਾ ਐਡਾ ਕਿੰਨੇ ਕਹਿੰਦੇ ਪੰਜ ਕੁੜੀਆਂ ਨੇ ਪੰਜ ਕੁੜੀਆਂ ਨੇ ਤਿੰਨ ਮੁੰਡੇ ਨੇ ਆਪ ਵਿਚਾਰੀ ਨੂੰ ਅੱਖਾਂ ਤੋਂ ਹੈ ਨਹੀਂ ਦੀਂਦਾ ਮਾੜੇ ਨੇ ਵਿਚਾਰੇ ਮੈਂ ਕਿਹਾ ਚਲੋ ਇਹਦਾ ਭਲਾ ਹੋ ਜਾਏਗਾ ਆਪਣੇ ਜਦ ਮਾਲਕ ਨੇ ਸਾਨੂੰ ਇੰਨੀ ਚੋਗਾ ਕੀਤਾ ਵਾ ਤੇ ਆਪਣਾ ਕੀ ਜਾਂਦਾ ਵਾ ਤੇ ਤਾਂ ਫਿਰ ਐਦਾਂ ਤੁਹਾਡੇ ਲੋਕੀ ਕਰ ਦਿੰਦੇ ਨਾ ਹੈ ਤੇ ਕਿਰਾਇਆ ਕਿੰਨਾ ਕਿਹਾ ਤੁਸੀਂ ਉਹਨੂੰ ਕਿਰਾਇਆ ਨਹੀਂ ਦੇਣਾ ਉਹਨਾਂ ਨੇ ਘਰ ਦਾ ਸਾਰਾ ਕੰਮ ਆਪਣਾ ਮੈਂ ਆਪਣੀ ਮਾਂ ਕਰਕੇ ਕੀਤਾ ਤੇਰੇ ਕਰਕੇ ਨਹੀਂ ਕੀਤਾ ਆਪਣੀ ਮਾਂ ਕਰਕੇ ਦੇਣ ਲੱਗਿਆ ਸਾਰਾ ਕੰਮ ਮਾਂ ਨੂੰ ਕਰਨਾ ਪੈਂਦਾ ਮਾਤਾ ਕੋਈ ਕੰਮ ਨਹੀਂ ਕਰਨਾ ਤੁਸੀਂ ਕਹਿੰਦੇ ਕਿਰਾਇਆ ਨਹੀਂ ਉਹਨਾਂ ਨੇ ਦੇਣਾ ਹੈਗਾ ਸਾਰਾ ਘਰ ਦਾ ਕੰਮ ਉਹ ਕਰਨਗੀਆਂ ਨਹੀਂ ਇਹ ਕਿੱਧਰੋਂ ਤੂੰ ਚੰਗਾ ਕੰਮ ਕਰਕੇ ਆਇਆ ਹੈ ਮਾਤਾ ਅੱਖਾਂ ਤੋਂ ਇੰਨੀ ਦੀਂਦਾ ਵਿਚਾਰੀ ਨੂੰ ਲੋਕੀ ਇੰਨਾ ਇੰਨਾ ਦਾਨ ਪੁੰਨ ਕਰਦੇ ਆ ਅਸੀਂ ਕਰਦੇ ਨਹੀਂ ਅੱਗੇ ਘਰ ਦਾ ਕਰਦੇ ਹੀ ਆ ਕੰਮ ਤੇ ਘਾਟਾ ਹੋ ਹੀ ਜਾਂਦਾ ਹੈ ਦਾ ਥੋੜੀ ਮਤਲਬ ਪੰਜ ਕੁੜੀਆਂ ਨੇ ਸਾਰੀਆਂ ਨੇ ਰਲ ਮਿਲ ਕੇ ਆਪੀ ਕੰਮ ਕਰ ਲੈਣਾ ਤੁਹਾਨੂੰ ਕੱਖ ਕਰਨ ਦੀ ਲੋੜ ਨਹੀਂ ਉਹ ਕਹਿੰਦੀ ਭਾਜੀ ਸਾਰਾ ਕੰਮ ਕੁੜੀਆਂ ਨੇ ਆਪੀ ਕਰ ਲੈਣਾ ਘਰ ਦਾ ਭੱਜ ਭੱਜ ਕੇ ਨਾਲੇ ਘਰ ਚ ਰੋਣ ਕੇ ਮੇਲਾ ਰਹੇਗਾ ਨਾਲੇ ਮੈਂ ਕਹਿੰਦਾ ਬਹਿ ਜਾ ਬਹਿ ਜਾ ਹੋਏ ਨਹੀਂ ਨਾ ਪੰਜ ਕੁੜੀਆਂ ਤਿੰਨ ਮੁੰਡੇ ਤੇ ਮਤਲਬ ਮਾਂ ਹੈ ਇੱਕ ਅੰਨੀ ਇੱਕ ਕਿਰਾਇਆ ਨਹੀਂ ਲੈਣਾ ਅੱਖਾਂ ਤੋਂ ਨਹੀਂ ਦੀਂਦਾ ਉਹ ਅੱਖਾਂ ਤੋਂ ਕਿਰਾਇਆ ਵੀ ਨਹੀਂ ਲੈਣਾ ਉਹਨਾਂ ਕੋਲੋਂ ਤੂੰ ਤੇ ਸਾਨੂੰ ਕੀ ਫਾਇਦਾ ਉਹ ਮਾਤਾ ਉਹ ਅੰਨੀ ਹੈ ਵਿਚਾਰੀ ਅੱਖਾਂ ਤਾਂ ਦਿੰਦਾ ਹੀ ਨਹੀਂ ਉਹਨੂੰ ਉਹਨੇ ਕਿਰਾਇਆ ਕਿੱਥੋਂ ਦੇਣਾ ਪੈਸੇ ਉਹਨੇ ਕਦੇ ਵੇਖੇ ਹੀ ਨਹੀਂ ਕੀ ਸੋਚ ਹੈ ਰੇ ਤੇਰੀ ਮੰਨਣਾ ਪੜੇਗਾ ਰੋਟੀ ਦਾ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਉਹਨਾਂ ਨੇ ਬਣਾ ਦਿਆ ਕਰਨੀ ਰੋਟੀ ਵੀ ਆਪਣੇ ਉਹਨਾਂ ਨੇ ਦੋ ਦੋ ਫੁਲਕੇ ਲਾਣੇ ਨਾਲ ਆਪਣੇ ਵੀ ਲਾ ਦਿਆ ਕਰਨਗੇ ਇਹ ਮੇਰੇ ਡੱਬਾ ਨਾਲੇ ਕਿਰਾਇਆ ਵੀ ਨਹੀਂ ਕੀਤਾ ਨਾਲੇ ਰੋਟੀ ਵੀ ਇੱਥੋਂ ਹੀ ਖਾਣੀ ਹੈ ਸਾਡੇ ਚੋਂ ਹੀ ਆਹੋ ਪਾਗਲ ਬੇਵਕੂਫ ਰੋਟੀ ਮਾਤਾ ਜਿੱਥੇ ਆਪਣੀ ਉਹਨਾਂ ਨੇ ਬਣਾਉਣੀ ਹੈ ਦੋ ਦੋ ਫੁਲਕੇ ਲਾ ਦੇਣਾ ਮੈਂ ਕਿਤੇ ਜਿੱਥੇ ਆਪਣੀ ਬਣਾਉਣੀ ਹੈ ਦੋ ਦੋ ਫੁਲਕੇ ਆਪਣੇ ਵੀ ਲਾ ਲਿਆ ਕਰਨਗੀਆਂ ਕੋਈ ਨਹੀਂ ਖਾਂਦੇ ਉੱਪਰਲਾ ਪੋਸ਼ਨ ਫ੍ਰੀ ਹੈ ਚੜਾਣਾ ਕਿਰਾਏ ਤੇ ਚੜਾਣਾ ਮੈਂ ਚੜਾ ਦਿੰਦਾ ਵਾ ਰੱਖੀ ਜਾਣਾ ਖਵਾਈ ਜਾਣਾ ਨਾਲੇ
ਨਹੀਂ ਨਾਲੇ ਕਰਾਇਆ ਨਹੀਂ ਲੈਣਾ ਨਾਲੇ ਰੋਟੀ ਦਾ ਵੀ ਤੂੰ ਆਪਣੇ ਕੋਲ ਮਾਦਾ ਕੀ ਮਾਦਾ ਵਿਚਾਰੀ ਜਿੰਨੀ ਉਹਨਾਂ ਨੇ ਦੋਵਾਂ ਜਣਿਆਂ ਨੇ ਖਾਣੀ ਨੂੰ ਉਹਨੇ ਅਸੀਂ ਸਾਰਾ ਟੱਬਰ ਖਾ ਲੈਂਦੇ ਹਾਂ ਉਹ ਮਾਦਾ ਵਿਚਾਰੀ ਨੂੰ ਅੱਖਾਂ ਤੋਂ ਹੈ ਨਹੀਂ ਦੀਂਦਾ ਮਾਂ ਨੂੰ ਵਿਚਾਰੇ ਦੋ ਦੋ ਫੁਲਕੇ ਖਾਣੇ ਹੈ ਧੀਆਂ ਨੇ ਕਿੱਥੇ ਧੀਆਂ ਕਿੱਥੇ ਲੈ ਕੇ ਵਿਚਾਰੀ ਜਾਵੇ ਆਪਣੀਆਂ ਹੈ ਜਵਾਨ ਧੀਆਂ ਨੇ ਕਿੱਥੇ ਲੈ ਕੇ ਜਾਣਾ ਉਹਨਾਂ ਨੇ ਸਾਡੇ ਘਰ ਲੱਭਾ ਸੀ ਉਹਨੂੰ ਮਾਦਾ ਜਵਾਨ ਧੀਆਂ ਨੇ ਅੰਨੀ ਮਾਂ ਕਿੱਥੇ ਲੈ ਕੇ ਜਾਵੇ ਤੈਨੂੰ ਤਾਂ ਦਿਖਦਾ ਨਾ ਉਹ ਅੰਨੀਆਂ ਤੇ ਤੈਨੂੰ ਤਾਂ ਦਿਖਦਾ ਸੁਣਦਾ ਨਾ ਬੋਲਾ ਤਾਂ ਨਹੀਂ ਤੂੰ ਕੀ ਕਹਿ ਰਹੇ ਹੈ ਇਹਨੂੰ ਹੈ ਨਹੀਂ ਮਾਦਾ ਦੁਨੀਆਦਾਰੀ ਦੀ ਸਮਝ ਤੁਸੀਂ ਸਮਝੋ ਆਪੀ ਸਮਝੋ ਜਵਾਨ ਧੀਆਂ ਨੇ ਪੰਜ ਵਿਚਾਰੀ ਕਿੱਥੇ ਅੰਨੀ ਮਾਂ ਕਿੱਥੇ ਲੈ ਕੇ ਤੁਰੇ ਫਿਰੇ ਮੈਂ ਮੰਨਦੀ ਹਾਂ ਉਹ ਤਾਂ ਮੰਨਦੀ ਹਾਂ ਅਗਲੀ ਕਹਿੰਦੀ ਮੈਂ ਤੁਹਾਡੇ ਘਰ ਦਾ ਸਾਰਾ ਕੰਮ ਕਰ ਦਾਂਗੀ ਤੇ ਤੁਸੀਂ ਉਹਦਾ ਦਾਨ ਪੁੰਨ ਕਰ ਦੋ ਹੈ ਲੋਕੀ ਇਹਨਾਂ ਰੱਖਣਾ ਲੋਕੀ ਇਹਨਾਂ ਦਾ ਦਾਨ ਪੁੰਨ ਕਰਦੇ ਦੇਖੋ ਅਨਮੋਲ ਕੁਆਤਰੇ ਦੇ ਲੋਕੀ ਇਹਨਾਂ ਨਾਲ ਜਾ ਕੇ ਦਾਨ ਪੁੰਨ ਕਰਦੇ ਨੇ ਤੇ ਆਪਾਂ ਜਦ ਮਾਲਕ ਨੇ ਸਾਨੂੰ ਕੀਤਾ ਵਾ ਤੇ ਕਿੱਥੋਂ ਦੇ ਦੇਣਾ ਅਸੀਂ ਤੇ ਇਹਨੇ ਘਰ ਤਾਂ ਨਹੀਂ ਛੋੜੇ ਦਾ ਘਰ ਨੂੰ ਥੋੜਾ ਘਰ ਮਸ਼ਾਲਾ ਬਣਾਈ ਲਿਆ ਯਾਰ ਉਹਨਾਂ ਨੇ ਕਿਹੜਾ ਆਪਣੇ ਤੋਂ ਕੀ ਖਾਣਾ ਆਪਣੇ ਕਰਮਾਂ ਦਾ ਖਾਣਾ ਉਹਨਾਂ ਨੇ ਕਰਮਾਂ ਦਾ ਕੀ ਖਾਣਾ ਹੈ ਆਟਾ ਤਾਂ ਉਸੇ ਪੀਪੇ 'ਚ ਖਾਣਾ ਜਿੱਚ ਉਹ ਹੀ ਖਾਣਾ ਹੈ ਉਹਨਾਂ ਨੇ ਆਪਣੇ ਕਰਮਾਂ ਦਾ ਖਾਣਾ ਮਤਲਬ ਉਹਨਾਂ ਤੁਹਾਡਾ ਕੰਮ ਵੀ ਕਰ ਦੇਣਾ ਹੀ ਉਹਨਾਂ ਨੇ ਆਪ ਤਾਂ ਕੁਝ ਵੀ ਕਰਦਾ ਨਹੀਂ ਹੈਗਾ ਸਾਰੇ ਘਰ ਦੀ ਨਵਾਂ ਜੱਬ ਤੂੰ ਖੜਾ ਕਰ ਦਿੰਨਾ ਮੈਂ ਰੋਜ਼ ਦਿਹਾੜੀ ਤੈਨੂੰ ਨਹੀਂ ਕੁਝ ਪਤਾ ਹੁੰਦਾ ਨਾ ਚੁੱਪ ਕਰ ਜਾ ਮੈਂ ਫੇਰੇ ਦਾ ਕੰਮ ਕਰ ਰਿਹਾ ਮੈਂ ਹਾਂ ਮਾਂ ਨੂੰ ਕੱਖ ਨਹੀਂ ਕਰਨਾ ਪੈਣਾ ਸਾਰਾ ਕੰਮ ਉਹਨਾਂ ਨੇ ਕਰਨਾ ਵਾ ਘਰ ਦਾ ਆ ਰੋਟੀ ਵੀ ਉਹਨਾਂ ਨੇ ਬਣਾ ਕੇ ਦੇਣੀ ਆ ਨਾਲੇ ਆਪਣੀ ਅਗਲੀ ਲਾ ਲਿਆ ਕਰਨਗੇ ਨਾਲੇ ਸਾਡੀ ਵੀ ਹੋ ਜਾਏਗੀ ਬਣਾਉਂਦੇ ਰੋਟੀ ਨਹੀਂ ਬਣਾਉਂਦੇ ਭਾਵੇਂ ਅਗੇ ਮੈਂ ਬਣਾਉਣੀ ਆ ਰੋਟੀਆਂ ਇਹਨੂੰ ਪਾਵੇ ਇਹਦਾ ਵੀ ਇਹਨੂੰ ਵੀ ਫਾਇਦਾ ਵਾ ਇਹਨੂੰ ਵੀ ਸੌਖਾ ਮੈਂ ਆਹੀ ਕਰ ਲਾਂਗੇ ਆਪੇ ਮੈਂ ਤੇ ਆਂਦਾ ਸਮਾਨ ਲੈ ਕੇ ਆ ਰਹੇ ਜੋ ਤੁਹਾਡਾ ਸਮਾਨ ਉੱਪਰ ਪਿਆ ਵਾ ਲਾ ਲਓ ਚੱਕ ਲਓ ਕਹਿ ਦੋ ਮਾਤਾ ਇਹਨੂੰ ਮਾਰ ਦਿਓ ਉਹਨਾਂ ਨੂੰ ਵੀ ਅਹੀਂ ਨਹੀਂ ਦੇਣਾ ਹੈਗਾ ਮੈਂ ਕਹਿ ਆ ਉਹਨਾਂ ਨੂੰ ਮੈਂ ਕਹਾ ਆ ਜਾ ਤੁਸੀਂ ਕਹਿ ਵੀ ਆਇਆ ਹਾਂ ਉਹ ਮਾਤਾ ਉਹਨੂੰ ਅੱਖਾਂ ਤੋਂ ਹੈ ਨਹੀਂ ਦੀਂਦਾ ਵਿਚਾਰੀ ਨੂੰ ਅੱਖਾਂ ਤੋਂ ਨਹੀਂ ਦੀਂਦਾ ਬਿਲਕੁਲ ਨਹੀਂ ਦੀਂਦਾ ਅੱਖਾਂ ਤੋਂ ਤੈਨੂੰ ਤਾਂ ਦਿਖਦਾ ਨਾ ਅਹੀਂ ਕਹਿ ਰਹੇ ਹਾਂ ਕਿ ਨਹੀਂ ਦੇਣਾ ਹੈਗਾ ਅੱਖਾਂ ਤੋਂ ਹੈ ਨਹੀਂ ਦੀਂਦਾ ਮੰਮੀ ਉਹਨੂੰ ਬਿਲਕੁਲ ਨਹੀਂ ਦੀਂਦਾ ਅੱਖਾਂ ਤੋਂ ਬਿੱਲੇ ਤੂੰ ਆਪਣੀਆਂ ਬਣਾ ਲੈਣੀਆਂ ਨੇ ਮੇਰੇ ਕਿਉਂ ਮਾਰਦੀ ਪਈ ਆ ਤੇ ਨਹੀਂ ਦੇਣਾ ਅਸੀਂ ਅੱਖਾਂ ਤੋਂ ਨਹੀਂ ਦਿੰਦਾ ਅੱਖਾਂ ਤੋਂ ਨਹੀਂ ਦਿੰਦਾ ਵਿਚਾਰੀ ਅੰਨੀ ਮਾਂ ਕੋਈ ਗੱਲ ਇਹਦਾ ਦਿਮਾਗ ਅੰਨੀ ਮਾਂ ਕਿੱਥੇ ਲੈ ਕੇ ਜਾਵੇ ਆਪਣੀਆਂ ਧੀਆਂ ਨੂੰ ਹੈ ਅੰਨੀ ਮਾਂ ਕਿੱਥੇ ਲੈ ਕੇ ਜਾਵੇ ਸਾਡਾ ਹੀ ਘਰ ਲੱਭਾ ਉਹਨੂੰ ਆ ਨੂੰ ਪੰਜ ਕੁੜੀਆਂ ਨੂੰ ਪੰਜ ਕੁੜੀਆਂ ਤੇ ਤਿੰਨ ਮੁੰਡੇ ਵੀ ਆ ਮੁੰਡੇ ਮੁੰਡੇ ਤੇ ਛੋਟੇ ਛੋਟੇ ਆ ਮੁੰਡੇ ਏਡੇ ਏਡੇ ਆ ਛੋਟੇ ਛੋਟੇ ਬੱਚੇ ਨੇ ਹਲੇ ਸਭ ਤੋਂ ਛੋਟੇ ਮੁੰਡੇ ਹੀ ਨੇ ਏਡੇ ਏਡੇ ਮੁੰਡੇ ਨੇ ਵਿਚਾਰੇ ਤੇ ਕਿੱਥੇ ਲੈ ਕੇ ਜਾਵੇ ਅੰਨੀ ਮਾਂ ਕਿੱਥੇ ਆਪਣੀ ਧੀਆਂ ਨੂੰ ਲੈ ਕੇ ਜਾਵੇ ਨੂੰ ਦੇਣਾ ਹੈ ਕਮਰਾ ਜਦੋਂ ਉਹਦਾ ਬੰਦਾ ਜੇਲੋਂ ਛੁੱਟ ਕੇ ਆ ਜਾਏਗਾ ਨਾ ਇੰਨੇ ਤਾਂ ਹੈ ਜਿੰਨੇ ਤੂੰ ਜਦੋਂ ਉਹਦਾ ਬੰਦਾ ਜੇਲੋਂ ਛੁੱਟ ਕੇ ਆ ਜਾਏਗਾ ਉਦੋਂ ਉਹਨੂੰ ਮੈਂ ਕਿਹਾ ਉਦੋਂ ਤੂੰ ਉਹਨਾਂ ਰੋਟੀ ਦਾ ਨਹੀਂ ਕਹਿਣਾ ਫਿਰ ਉਤਰਾ ਚੱਲ ਰਹਿਣਾ ਹੀ ਰਹੀ ਜਾਂਦੇ ਰੋਟੀ ਦਾ ਨਹੀਂ ਕਹਿਣਾ ਰੋਟੀ ਤਾਂ ਅਸੀਂ ਆਪ ਰੋਟੀ ਤੁਸੀਂ ਸਮਾਂ ਬਣਾਣੀ ਆ ਰੋਟੀ ਉਹਨਾਂ ਨੇ ਆਪੇ ਆਪਣੀ ਬਣਾ ਕੇ ਲੈਣੀ ਆ ਤੇ ਖਾਣਾ ਰਾਸ਼ਨ ਤਾਂ ਤੇਰੇ ਕੋਈ ਲੈਣਾ ਉਹਨੇ ਰਾਸ਼ਨ ਤੇ ਉੱਥੋਂ ਹੀ ਲੈਣਾ ਨਾ ਉਹਨਾਂ ਨੇ ਫਿਰ ਕੀ ਕਿੰਨਾ ਕੁ ਫਰਕ ਪੈਣਾ ਉਹਨਾਂ ਦੇ ਮੁਕੱਦਰਾਂ ਦਾ ਵਾ ਮਾਤਾ ਉਹਨਾਂ ਦੇ ਕਰਮਾਂ ਦਾ ਵਾ ਕਿੰਨਾ ਕੁ ਫਰਕ ਪੈਣਾ ਹੀ ਨਾਲੇ ਤੁਹਾਡੀਆਂ ਲਾ ਦੇ ਮੈਨੂੰ ਕਹਿਤਾ ਨਹੀਂ ਦੇਣਾ ਬਸ ਨਾਲੇ ਤੁਹਾਡੇ ਦੋ ਦੋ ਫੁਲਕੇ ਲਾ ਦੇਗੀ ਨਾਲੇ ਆਪਣੇ ਦੋ ਦੋ ਲਾ ਲੈ ਗੱਲ ਕਰ ਰਹੇ ਮੇਰੇ ਨਾਲ ਕਰ ਹਾਂ ਦੇਣਾ ਮਾਤਾ ਨਾਲ ਰਲ ਕੇ ਤੂੰ ਕੌਣ ਆ ਤੂੰ ਐਵੇਂ ਹੀ ਖਾਬ ਖਾਈ ਉਹ ਕਿਉਂ ਵੀ ਮਾਲਕ ਹੈ ਘਰ ਦੀ ਉਹ ਨਹੀਂ ਦੇਣਾ ਦੇਣਾ ਮੰਮੇ ਤੇ ਨਹੀਂ ਦੇਣਾ ਹੈਗਾ ਕਾਹ ਮਾਲਕਨ ਤੇ ਉਹ ਮਾਦਾ ਜਵਾਨ ਧੀਆਂ ਨੇ ਕਿੱਥੇ ਲੈ ਕੇ ਜਾਵੇ ਹੈ ਤੂੰ ਤਾਂ ਬੜ ਬੜ ਰਿਹਾ ਮੈਂ ਇੱਥੇ ਵਿਚਾਰੀ ਦਾ ਸਿਰ ਟਕਿਆ ਜਾਏਗਾ ਹੈ ਜਵਾਨ ਧੀਆਂ ਨੇ ਜਦੋਂ ਪਿਓ ਦਾ ਆ ਜਾਏਗਾ ਜੇਲੋਂ ਉਦੋਂ ਲੈ ਜੇਗੀ ਜਿੱਥੇ ਲੈ ਕੇ ਜਾਣਾ ਅਹੀਂ ਨਹੀਂ ਦੇਣਾ ਹੁਣ ਅੰਨੀ ਮਾਂ ਮੈਨੂੰ ਇੰਨਾ ਤਰਸ ਆਇਆ ਵਿਚਾਰੀ ਨੂੰ ਅੱਖਾਂ ਤੋਂ ਹੈ ਨਹੀਂ ਦਿੰਦਾ ਅੰਮੀ ਵੀ ਇੱਕੋ ਹੀ ਗੱਲ ਦੇਖੀ ਹੈ ਮੁੱਦੋ ਮੈਨੂੰ ਇੰਨਾ ਤਰਸ ਆਇਆ ਨਾ ਅੱਖਾਂ ਤੋਂ ਹੈ ਨਹੀਂ ਦਿੰਦਾ ਨੂੰ ਇਹਨੂੰ ਕਹ ਉਹਨਾਂ ਨੂੰ ਰੱਖ ਲੈ ਜੇ ਰੱਖਣਾ ਮੈਂ ਨਹੀਂ ਹੋ ਰਹਿਣਾ ਤੈਨੂੰ ਕਹਿ ਰਹਿਣਾ ਤੂੰ ਉਹਨਾਂ ਨੂੰ ਵੀ ਰੱਖ ਮੈਂ ਨਹੀਂ ਰਹਿਣਾ ਲੈ ਦੱਸ ਕਿਸੇ ਦਾ ਕੋਈ ਸਵਾਰ ਦੇ ਚੰਗੀ ਗੱਲ ਆ ਹੈ ਕੋਈ ਭੈਣ ਭਰਾ ਦਾ ਕੋਈ ਸਵਾਰ ਦੇ ਲੋਕੀ ਇਹਨਾਂ ਦਾ ਦਾਨ ਪੁੱਤ ਕਰਦੇ ਆ ਧਰਮਸ਼ਾਲਾ ਬਣਾਈ ਹੋਈ ਹੈ ਮੈਂ ਕਹਿੰਦਾ ਕਿ ਧਰਮਸ਼ਾਲਾ ਵਾ ਪੁੱਛਦੇ ਨਾ ਕਿਦਾਂ ਦੀ ਗੱਲ ਅੰਨੀ ਆ ਵਿਚਾਰੀ ਉਹਨੂੰ ਹੈ ਨਹੀਂ ਦੀਂਦਾ ਅੱਖਾਂ ਤੋਂ ਤੈਨੂੰ ਤਾਂ ਦਿਖਦਾ ਪਿਆ ਨਾ ਮੈਂ ਕਹਿ ਰਹੀ ਆ ਨਹੀਂ ਜਾਣ ਨਹੀਂ ਦੇਣਾ ਨਹੀਂ ਦੇਣਾ ਸੁਣਦਾ ਹੀ ਹੈ ਕਿ ਬੋਲਾ ਹੋ ਗਿਆ ਵਾ ਮਾਂ ਬਿਲਕੁਲ ਅੰਨੀ ਆ ਯਾਰ ਕਿੱਥੇ ਜਵਾਨ ਧੀਆਂ ਲੈ ਕੇ ਜਾਏਗੀ ਤੂੰ ਆਪੀ ਸਮਝ ਹਰੇਕ ਬੰਦੇ ਤੇ ਮਜਬੂਰੀ ਆ ਸਕਦੀ ਆ ਹਰ ਬੰਦੇ ਤੇ ਮਜਬੂਰੀ ਆ ਸਕਦੀ ਆ
ਟਾਈਮ ਦਾ ਕੋਈ ਪਤਾ ਨਹੀਂ ਹੁੰਦਾ, ਬਾਹਰ ਦੇ ਦੋ, ਉਧਰ ਇੰਨੇ ਪਲਾਟ ਆ ਉਹਨਾਂ ਚੋਂ ਦੇ ਦੋ। ਨਹੀਂ ਨਹੀਂ ਉਹਰੇ ਘਰੇ ਰੱਖਣਾ ਨਹੀਂ ਦੇਣਾ ਹੈਗਾ, ਘਰੇ ਨਾਲੇ ਘਰ ਦਾ ਸਾਰਾ ਕੰਮ ਕਰਨਗੀਆਂ, ਸਾਰਾ ਘਰ ਦਾ ਵੀ ਕੰਮ ਕਰਨਗੀਆਂ, ਘਰੇ ਦੇ ਸਮਾਨ ਫਿਰ ਤੂੰ ਤੂੰ ਰੱਖ ਲੈ, ਮੈਂ ਨਿਕਲ ਜਾਣੀ ਆ। ਤੂੰ ਕਿੱਥੇ ਨਿਕਲ ਰਹੀ ਆ? ਮੈਂ ਘਰੇ ਆਪਣੇ ਕੋਲ। ਕਿੱਥੇ ਚੱਲੀ ਆ? ਇੱਧਰ ਆ। ਮੈਂ ਕਹਿਆ ਨਾ ਮੈਂ ਨਹੀਂ ਰਹਿਣਾ। ਇੱਧਰ ਆ ਉਹ ਮੋਟੇ, ਇੱਧਰ ਆ, ਇੱਧਰ ਆ। ਪ੍ਰੈਂਕ ਕਰਦਾ ਹੋਇਆ, ਪ੍ਰੈਂਕ ਕਰਦਾ ਹੋਇਆ, ਪ੍ਰੈਂਕ ਕਰਦਾ ਹੋਇਆ ਮੋਟੇ। ਦਿਮਾਗ ਖਰਾਬ ਹੈ ਤਾਂ, ਦਿਮਾਗ ਖਰਾਬ ਤੇਰਾ ਖਰਾਬ। ਧਰਮਸ਼ਾਲਾ ਧਰਮਸ਼ਾਲਾ ਕੀ ਵਿਚਾਰੀ ਅੰਨੀ ਮਾਂ ਵਾ, ਮੈਂ ਕਿਹਾ ਜਵਾਨ ਧੀਆਂ ਕਿੱਥੇ ਲੈ ਕੇ ਜਾਵੇ, ਇਹ ਕਿਸੇ ਦੇ ਕੰਮ ਨੀ ਆ ਸਕਦੀ ਮਾਤਾ। ਰੌਣਕ ਲੱਗ ਜੇਗੀ, ਦੇ ਦੋ ਚੜਾ ਦਾ, ਦੇਖ ਲੋ ਚੜਾ ਦਿੰਦੇ, ਰੌਣਕ ਲੱਗੀ ਰਹੇਗੀ। ਨਾਲੇ ਜੇ ਪਿੰਡ ਪੁੰਡ ਜਾਣਾ ਤੁਸੀਂ, ਔਖਾ ਨੀ ਹੋਏਗਾ ਤੁਹਾਨੂੰ ਪਿੰਡ ਜਾਣ ਲੱਗੇ ਕਿ ਕਿਹਨੂੰ ਛੱਡ ਕੇ ਜਾਣਾ ਘਰੇ? ਭਰਾਵਾ ਨਾ ਰਹਿਣ ਦੇ ਤੂੰ, ਅਸੀਂ ਆ ਖਾ ਦੇ, ਚੁੱਪ ਕਰ। ਬਿਲਕੁਲ ਅੰਨੀ ਆ ਵਿਚਾਰੀ, ਮਾਂ ਹੈ ਨਹੀਂ ਦੇਖਦਾ ਉਹਨੂੰ। ਚੱਲ ਫਿਰ ਹਾਏ ਰੱਬਾ, ਤੇ ਫਿਰ ਅਸੀਂ ਕੀ ਕਰੀਏ ਫਿਰ? ਚੜਾ ਦਿੰਨੇ ਆ? ਨਹੀਂ ਨਹੀਂ ਨਹੀਂ, ਮੈਨੂੰ ਕਹਿੰਦੇ 10 ਪਾਈ ਸੀ, ਮੈਂ ਕਿਹਾ ਚੱਲ ਮੈਂ ਘਰੇ ਸਲਾਹ ਕਰ ਲੈਣਾ। ਆਹੋ ਨਹੀਂ ਉਦਾਂ ਮੈਂ ਪ੍ਰੈਂਕ ਕਰਦਾ ਪਿਆ, ਪਰ ਮੈਨੂੰ ਕਹਿੰਦੇ 10 ਪਾਈ ਸੀਗੀ, ਮੈਂ ਕਿਹਾ ਮੈਂ ਘਰੇ ਸਲਾਹ ਕਰ ਲੈਣਾ। ਕਹਿੰਦੇ ਜੀ ਆ ਦੇਖੋ, ਕਹਿੰਦੇ ਘਰ ਦਾ ਸਾਰਾ ਕੰਮ ਕਰ ਦਿਆ ਕਰਨਗੇ ਤੁਹਾਡਾ, ਦੇ ਦਈਏ ਕੰਮ ਅਸੀਂ ਆਪੇ ਕਰ ਲਾਂਗੇ। ਓਦਾਂ ਉਹਨੂੰ ਕੋਈ ਮਦਦ ਚਾਹੀਦੀ ਹੈ ਕਿਸੇ ਗੱਲ ਦੀ, ਦਵਾਈ ਬੂਟੀ ਦੀ, ਤੇ ਉਹ ਚੱਲ ਉਹਨੂੰ ਦੇ ਦਾਂਗੇ ਲੈ ਕੇ। ਡਾਕਟਰ ਦਾ ਇਲਾਜ ਚੱਲਦਾ ਪਿਆ ਉਹਦਾ? ਇਲਾਜ ਨੂੰ ਕੋਈ ਨਹੀਂ ਚੱਲਦਾ ਉਹਨਾਂ ਦਾ। ਫਿਰ ਐਵੀ ਮਾਰਦਾ ਮੇਰੀ ਗੱਲਾਂ ਤੇ ਯਕੀਨ ਕਰ ਰਿਹਾ ਤੁਸੀਂ? ਹੱਸਣ ਡਿਆ ਵਾ, ਮੈਂ ਕਿਹਾ ਜਿਹੜੇ ਕੀ ਕਹਿੰਦੀ ਆ ਰੋਟੀ ਬਣਾ ਕੇ ਹਾਲੇ ਦੋਤੇ ਕਿਸੇ ਦਾ ਕੁਝ ਸਵਾਰ ਨੀ ਸਕਦੀ। ਵੀਡੀਓ ਕਿੱਦਾਂ ਦੀ ਲੱਗੀ ਦੋਤੇ? ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।